दोस्तों सच्ची कहंदे आ सीरी लगना तो पहले ही ठेके ले लो। आ लई खड़े जी ठेके तुहाडे सामने, दोवें दिन चढ़दे नूं सुबह 7 बजे नूं आ जांदे, शाम नूं 11 बजे जांदे घरे। शाबाश शाबाश मेरी बात आ गए। आ बंदा बड़ा तगड़ा सीरी आ ते ओह बंदा थोड़ा जिहा घट आ। ਇਹ ਬਾਲਾ ਬਾਲਾ ਪੰਗਾ ਲਿਆ ਨਾ ਇਹਨੇ 32-33 ਗੱਲਾਂ ਦਾ ਪੰਗਾ ਲਿਆ ਯਾਰ। ਤਾਂ ਦੋਸਤੋ ਪਿੱਛੇ ਜੇ ਵੀਡੀਓ ਪਾਈ ਸੀ ਮੈਂ ਸੀਰੀ ਲੱਗਣਾ ਤਾਂ ਪਹਿਲੀ ਠੇਕੇ ਲੈ ਲਓ ਪਾਰਟ 2 ਅੱਜ ਦਾ, ਤਾਂ ਪਿਛਲੇ ਰੀ ਕਈਆਂ ਲੋਕਾਂ ਨੇ ਮੇਰਾ ਸਾਥ ਦਿੱਤਾ, ਕਈਆਂ ਨੇ ਮੈਨੂੰ ਕਿਹਾ ਵੀ ਯਾਰ ਹੈ ਨਾ ਵੀ ਹੋਰ ਕੰਮ ਕੀ ਕਰੀਏ। ਤਾਂ ਦੋਸਤੋ ਇੱਕ ਸੱਜਣਾ ਮੇਰਾ 4 ਕਿੱਲੇ 4.5 ਕਿੱਲੇ 5 ਜ਼ਮੀਨ ਆ ਉਹਦੇ ਕੋਲ, ਅਤੇ ਸਿਕਿਉਰਟੀ ਗਾਰਡ ਲੱਗਿਆ ਅਤੇ 16,000 ਰੁਪਈਆ ਉਹਦੀ ਤਨਖਾਹ, ਠੀਕ ਹੈ, ਅਤੇ 16,000 ਰੁਪਈਆ ਤਨਖਾਹ, ਅਤੇ ਪਤੰਦਰ ਨੇ 4-5 ਮੱਝਾਂ ਰੱਖੀਆਂ ਹੋਈਆਂ ਨੇ ਅਤੇ ਡਿਊਟੀ ਵੀ ਜਾਂਦਾ ਅਤੇ 4.5 ਕਿੱਲੇ ਜ਼ਮੀਨ ਵੀ ਸੰਭਾਲਦਾ, ਠੀਕ ਹੈ ਨਾ ਜੀ। ਸੁਬਹਾ 5 ਵਜੇ ਉੱਠਦਾ ਉਹ ਅਤੇ ਪੱਠੇ ਲਿਆ ਕੇ ਘਰ ਛੱਡ ਜਾਂਦਾ, ਘਰ 'ਤੇ ਉਹਨਾਂ ਦੇ ਪੱਠੇ ਪਾ ਲੈਂਦੇ ਨੇ। ਸ਼ਨੀਵਾਰ ਸ਼ਾਮ ਨੂੰ ਆਣ ਕੇ ਅਤੇ ਐਤਵਾਰ ਦੀ ਉਹਨੂੰ ਛੁੱਟੀ ਹੁੰਦੀ ਹੈ ਅਤੇ 2 ਦਿਨਾਂ 'ਚ ਉਹ ਆਪਦਾ ਕੰਮ ਨਿਬੇੜ ਲੈਂਦਾ, ਠੀਕ ਹੈ ਕਿ ਨਹੀਂ। ਮੇਰਾ ਇਹ ਦੱਸਣ ਦਾ ਪਰਪਜ਼ ਇਹ ਹੈ ਵੀ ਜੇਕਰ ਤੁਹਾਡੇ ਕੋਲ ਕਿ 3-4 ਕਿੱਲੇ 2-3 ਕਿੱਲੇ 2.5 ਕਿੱਲੇ ਜ਼ਮੀਨ ਆ, 10-15 ਕਿੱਲੇ ਪੈਲੀ ਠੇਕੇ 'ਤੇ ਤੁਸੀਂ ਲੈਂਦੇ ਹੋ ਤਾਂ ਵੱਧ ਤੋਂ ਵੱਧ 10-15 ਕਿੱਲਿਆਂ ਵਿੱਚੋਂ ਤੁਸੀਂ ਕੀ ਬਚਾ ਲਉਂਗੇ, ਹੈ ਨਾ। 70,000 ਦਾ ਝੋਨਾ, 40,000 ਦੀ ਕਣਕ, 1,10,000 ਰੁਪਈਆ ਹੋ ਗਿਆ, ਜਿਹਦੇ 'ਚੋਂ ਕਿ ਤੁਹਾਨੂੰ ਚੰਗੀ ਪੈਲੀ ਦਾ ਠੇਕਾ 70,000 ਰੁਪਈਆ ਭਰਨਾ ਪਵੇਗਾ। 70,000 ਰੁਪਈਆ ਚੰਗੀ ਪੈਲੀ ਦੀ ਗੱਲ ਕਰਾਂਗੇ, ਕਿਉਂਕਿ ਤੁਹਾਨੂੰ ਮਾੜੀਆਂ ਪੈਲੀਆਂ ਵੀ ਇੰਨੇ ਰੇਟ ਨੂੰ 65 ਤੋਂ ਘੱਟ ਮਿਲਣੀਆਂ ਨਹੀਂ, ਹੈ ਨਾ। 70,000 ਰੁਪਈਆ ਠੇਕਾ ਭਰ ਕੇ ਤੁਸੀਂ ਮਗਰ ਕੀ ਬਚਿਆ, 40,000 ਰੁਪਈਆ, 70-40, 1,10,000, 40,000 'ਚੋਂ ਤੁਸੀਂ ਆਪਦਾ ਖਰਚਾ ਵੀ ਕੱਢਣਾ ਦੋਵਾਂ ਫਸਲਾਂ ਦਾ। ਮੁਸ਼ਕਲ ਨਾਲ ਜੇਕਰ ਤੂੜੀ ਦਾ ਰੇਟ ਚੰਗਾ ਨਿਕਲਿਆ, ਜੇਕਰ ਤੂੜੀ ਦਾ ਰੇਟ ਵੀ ਨਾ ਮਿਲਿਆ ਤਾਂ ਤੁਹਾਡੇ ਪੱਲੇ ਕੱਖ ਨਹੀਂ ਪੈਣਾ, ਵੱਧ ਤੋਂ ਵੱਧ 10,000 ਰੁਪਈਆ ਤੁਸੀਂ ਰੋ ਕੇ ਕਮਾਓਗੇ ਜੇਕਰ ਤੁਸੀਂ 10-12 ਕਿੱਲੇ ਜ਼ਮੀਨ ਠੇਕ ਕੇ ਲੈਂਦੇ ਹਾਂ। ਤਾਂ ਸਾਲ ਦੇ ਵਿੱਚ ਤੁਸੀਂ ਕੀ ਕਮਾਇਆ, 1,20,000 ਰੁਪਈਆ, 1,20,000 ਰੁਪਈਆ ਤੁਸੀਂ ਕਮਾਇਆ। ਅਤੇ ਉਹ ਬੰਦਾ ਕੀ ਲੈ ਰਿਹਾ, 16,000 ਰੁਪਈਆ ਉਹ ਮਹੀਨੇ ਦੀ ਤਨਖਾਹ ਲੈ ਰਿਹਾ, ਪਲੱਸ ਉਹਨੇ ਮੱਝਾਂ ਰੱਖੀਆਂ ਨੇ। 16,000 ਨੂੰ ਤੁਸੀਂ 12 ਨਾਲ ਗੁਣਾ ਕਰ ਲਓ ਕਿੰਨੇ ਬਣਦੇ ਆ, 1,20,000 ਸਿੱਧਾ ਬਣ ਗਿਆ ਅਤੇ ਬਾਹਰੋਂ ਛੀਕ 48, 1,20,000 ਅਤੇ 48, 1,68,000 ਰੁਪਈਆ ਉਹ ਕਮਾ ਰਿਹਾ ਬਿਨਾਂ ਪੈਲੀ ਠੇਕੇ ਲਵੇ, ਕਮਾ ਰਿਹਾ, ਨਾਲੇ ਬੱਝੀ ਤਨਖਾਹ ਮਹੀਨੇ ਬਾਅਦ ਹੀ ਆ ਜਾਂਦੀ ਹੈ, ਹੈ ਨਾ। ਅਤੇ ਕਿੱਥੇ ਇਹ 6 ਮਹੀਨਿਆਂ ਬਾਅਦ ਭੈਣ ਨੇ ਆਉਣੀ ਫਸਲ, ਉਹ ਵੀ ਇੱਕ ਜੂਆ ਬਾਈ ਜੀ ਕੱਲ੍ਹ ਨੂੰ ਨਾ ਚੜਿਆ, ਡੋਬਾ ਆ ਗਿਆ, ਬਾਰਿਸ਼ਾਂ ਪੈ ਗਈਆਂ, ਕੀ ਬਣੂ, ਉਹ ਤਾਂ ਪੱਕੇ ਆ ਨਾ, ਮਹੀਨੇ ਚੜੇ ਮਹੀਨੇ ਮਿਲ ਹੀ ਜਾਣਾ 16,000 ਰੁਪਈਆ। ਤਾਂ ਮੇਰੇ ਕਹਿਣ ਦਾ ਪਰਪਜ਼ ਦੋਸਤੋ ਇਹੀ ਸੀ ਵੀ 2-3 ਕਿੱਲੇ ਵਾਲਿਆਂ ਨੂੰ ਪੈਲੀ ਦਾ ਅੜਿੱਕਾ ਨਹੀਂ ਲੈਣਾ ਚਾਹੀਦਾ, ਮੇਰੇ ਹਿਸਾਬ ਨਾਲ ਉਹਨਾਂ ਨੂੰ ਕੋਈ ਕੰਮ ਲੱਭਣਾ ਚਾਹੀਦਾ, ਜਾਂ ਕੋਈ ਦੁਕਾਨਦਾਰੀ ਕਰ ਲੈਣ, ਜਾਂ ਕੋਈ ਕੰਮ ਸਿੱਖਿਆ ਹੋਵੇ, ਠੀਕ ਹੈ ਕਿ ਨਹੀਂ। ਕਿਉਂਕਿ ਕੰਮ ਸਿੱਖਾਂਗੇ ਤਾਂ ਕਾਮਯਾਬ ਹੋਵਾਂਗੇ ਆਪਾਂ, ਇਕੱਲੀ ਕਿਸਾਨੀ ਦੇ ਆਸਰੇ 'ਤੇ ਆਪਾਂ ਨਹੀਂ ਉੱਡ ਸਕਦੇ, ਕਿਸਾਨੀ ਦੇ ਆਸਰੇ 'ਤੇ ਆਪਾਂ ਗੱਡੀਆਂ ਨਹੀਂ ਖਰੀਦ ਸਕਦੇ, ਆਪਾਂ ਨੂੰ ਲਿਮਟਾਂ ਬਣਾ ਕੇ ਕੋਠੀਆਂ ਪਾਉਣੀਆਂ ਪੈਣੀਆਂ ਜੇਕਰ ਆਪਾਂ ਖੇਤੀ ਕਰਦੇ ਰਹੇ। ਤਾਂ ਦੋਸਤੋ ਜਿਹਦੇ ਕੋਲ ਊੜਾ ਜ਼ਮੀਨ ਨਹੀਂ ਨਾ ਹੁੰਦੀ ਉਹ ਅੱਜ ਕੱਲ੍ਹ ਕੋਠੀਆਂ ਪਾਈ ਫਿਰਦਾ ਅਤੇ ਵਿੱਚ AC 2-3 ਲੱਗੇ ਹੋਏ ਆ। ਸਾਡੇ ਨਾ ਇੱਥੇ ਭੈਣ ਵਿਆਹੀ ਆ ਸਾਡੀ ਇੱਧਰ ਆਪਣੇ ਤਰਨ ਤਾਰਨ ਏਰੀਏ 'ਚ, ਸਾਡੇ ਤਾਏ ਦੀ ਕੁੜੀ, ਸਾਡੇ ਕੋਲ 4.5 ਕਿੱਲੇ ਜ਼ਮੀਨ ਆ ਅਤੇ ਸਾਡੇ ਤੋਂ ਅਜੇ ਤੱਕ ਘਰ ਨਹੀਂ ਪਿਆ, ਅਸੀਂ ਕੀ ਕਰਦੇ ਵੀ ਜ਼ਮੀਨ 'ਚ ਹੀ ਵੜੇ ਰਹੇ ਹਾਂ। ਉਹ ਬੰਦੇ ਕੋਲ ਊੜਾ ਜ਼ਮੀਨ ਨਹੀਂ, ਉਹਨੇ ਕੋਠੀ ਪਾਈ ਸਿਰੇ ਦੀ, 3 AC ਲੱਗੇ ਨੇ, ਮੈਂ ਦੇਖ ਕੇ ਹੈਰਾਨ, ਹਰ ਇੱਕ ਚੀਜ਼ ਦੀ ਸਾਡੇ ਨਾਲ ਚੰਗਾ ਪਾਉਂਦਾ, ਕੱਪੜੇ ਵੀ ਚੰਗੇ ਉਹਦੇ, ਹੈ ਨਾ। ਤਾਂ ਕਹਿਣ ਦਾ ਭਾਵ ਆ ਵੀ ਪੈਲੀਆਂ ਠੇਕੇ ਲੈਣ ਤੋਂ ਜਿੰਨਾ ਬਚੋਗੇ ਬਾਜੋਗੇ, ਕਿਉਂਕਿ ਇੱਕ ਤਾਂ ਆਪਾਂ ਵੱਧ ਚੜ੍ਹ ਕੇ ਪੈਲੀ ਠੇਕੇ ਲੈਂਦੇ ਹਾਂ, ਵੱਧ ਤੋਂ ਵੱਧ ਜੇਕਰ ਤੁਸੀਂ ਇੱਕ ਤਾਂ ਹਿਸਾਬ ਤੁਸੀਂ ਝੋਨੇ ਅਤੇ ਕਣਕ ਦਾ ਲਾਇਆ ਕਰੋ, ਕਿਉਂਕਿ ਜਿਹੜਾ ਬੰਦਾ ਹੁਣ ਮੁੱਛਲ ਦਾ ਹਿਸਾਬ ਲਾ ਕੇ ਪੈਲੀ ਲੈ ਲੈਂਦਾ ਠੇਕੇ, ਮੁੱਛਲ ਤਾਂ ਬਈ ਜਦੋਂ ਜੇ ਤਾਂ ਚੜ੍ਹਾ ਦੇ ਤਾਂ ਚੜ੍ਹਾ ਦਿੰਦੀ ਹੈ, ਜੇ ਸਿਰ ਧਾਣਾ ਨੇ ਤਾਂ ਤੁਹਾਡੇ ਪੱਲੇ ਕੱਖ ਨਹੀਂ ਬਚਣਾ, ਕਿਉਂਕਿ ਉਹ ਇੱਕ ਜੂਆ, ਕਈਆਂ ਨੇ ਮੁੱਛਲ ਦੇ ਸਿਰ 'ਤੇ 80,000 ਨੂੰ ਠੇਕੇ 'ਤੇ ਲਈਆਂ ਹੋਈਆਂ ਨੇ ਵੀ ਐਰਕੀ 6,000 ਨੂੰ ਮੁੱਛਲ ਜਾਊਗੀ, ਪਰ ਮੈਨੂੰ ਲੱਗਦਾ ਨਹੀਂ ਐਰਕੀ ਜਾਊਗੀ, ਬੜਾ ਤਗੜਾ ਏਰੀਆ ਲੱਗਿਆ। ਹੁਣ 80,000 ਰੁਪਇਆ ਕਿੱਥੋਂ ਪੈਲੀ ਪੂਰਾ ਕਰ ਦੂਗੀ, ਪਲੱਸ ਵਿਆਜ ਪਲੱਸ ਖਰਚਾ, ਹੈ ਨਾ ਦੋਸਤੋ, ਕੁਛ ਨਹੀਂ ਪੱਲੇ ਪੈਂਦਾ। ਮੇਰੀ ਇੱਕ ਲਾਸਟ ਸਲਾਹ, ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੀ, ਜਿਹਦੇ ਕੋਲ 3-4 ਕਿੱਲੇ ਜ਼ਮੀਨ ਆ ਉਹ ਇੱਕ ਕੰਮ ਨਾਲ ਜ਼ਰੂਰ ਕਰੇ, ਨਿਰਾ ਪੂਰਾ ਪੈਲੀ 'ਤੇ ਡਿਪੈਂਡ ਨਾ ਰਹੇ, ਕੋਸ਼ਿਸ਼ ਕਰੇ ਵੀ ਜਿਹੜਾ ਪੈਲੀ ਦਾ ਖਰਚਾ ਉਹ ਕਮਾ ਕੇ ਕੱਢੇ ਤਾਂ ਜੋ ਉਹਨੂੰ ਰੱਜੀ ਬੁੱਝੀ ਫਸਲ ਬਾਜੇ। ਦੋਸਤੋ ਅਸੀਂ ਕੰਮ ਕਰਦੇ ਹਾਂ, ਮੈਂ ਡਾਕਟਰੀ ਕਰਦਾ, ਮੈਂ ਸਾਰੀ ਪੈਲੀ ਦਾ ਖਰਚਾ ਡਾਕਟਰੀ 'ਚੋਂ ਕੱਢਦਾ ਅਤੇ ਮੈਨੂੰ ਜਿਹੜੀ ਕਣਕ ਦੇ ਝੋਨੇ ਦੇ ਪੈਸੇ ਜਿਹੜੇ ਆ ਬਚ ਜਾਂਦੇ ਆ। ਐਵੇਂ ਨਹੀਂ ਮੈਂ 1.5 ਕਿੱਲਾ ਜ਼ਮੀਨ ਲੈ ਲਈ, ਇਹਦੇ ਪੈਸੇ ਮੈਨੂੰ ਕਣਕ ਦੇ ਵੀ ਬਚ ਜਾਂਦੇ ਆ ਅਤੇ ਝੋਨੇ ਦੇ ਵੀ ਬਚ ਜਾਂਦੇ ਆ। ਕਹਿਣ ਦਾ ਪਰਪਜ਼ ਆ ਵੀ ਕੰਮ ਹੋਣਾ ਜ਼ਰੂਰੀ ਆ, ਨਾਲ 10 ਕਿੱਲੇ ਜ਼ਮੀਨ ਵਾਲੇ ਨੂੰ ਵੀ ਕੰਮ ਕਰਨਾ ਚਾਹੀਦਾ, 4 ਦਿਨ ਕੰਮ ਕਰ ਲਏ, 5 ਦਿਨ ਕੰਮ ਕਰ ਲਏ, ਕੋਈ ਕੰਮ ਸਿੱਖਿਆ ਹੋਵੇ
फिर आप कामयाब होंगे। माज नाल ही सोच रखो है ना। मैं लगता नहीं भी किसानी के सिर पर कामयाब होया जा सकता, क्योंकि आप कणक झोना ही बीजते हैं है ना, ना कोई तीजी फसल बीजते, ना ही अपनी तीजी फसल होंगी है, क्योंकि ऐरकी झोना लाया, क्योंकि हर तीजे साल इतने इन्ना डोबा आता ना, सड़क के पार पानी हो जाता साढ़े, तो इतने होर कोई फसल आप ला नहीं सकते, ना नरमा ला सकते हैं। नरमा तो पहला मीह नहीं चलता है ना, दूजा उत्तों सुंडी, झोना तो बासमती तो कणक रह गई है, इन्हें ही आप उलझ के रह जाने। बासमती एक जुआ, एक किसानी एक है जुआ। तो मेरी यही कहन का भाव आ भी एक नाल काम होना जरूरी आ, 10 to 15,000 rupees तुसी नाल कमाई करो, चाहे सीखो काम सीखो यार, मोटर का सीखो, लकड़ का सीखो, कोई सीखो, फिर नाल वही करो, नज़ारा वेखो कि बाकी ऐना भी अपनी मजबूरी भी बनी पई है। लिमटा लुमट आप चक रखी आने है ना, जे पैली होगी तो लिमट भरूगी, आड़ती उन्हें पैसे नहीं दिता है ना, ये भी एक सारा रौला। चलो हिसाब न लिमट बनाई सी भी आपू आड़ती को ना जाना पवे, पर आप गलत वरतों की 100 mazboorian बन जाए। आप नहीं कहें भी आपको हक नहीं गड्डी चलाने का, हक नहीं गड्डी लैन का, बट थोड़ा जहा दिमाग ला के चलीए तो कामयाब हो सकते हैं। ठीक है ना दोस्तों, आप मान नहीं करते गे, इतें वट हों ठीक है, और उत गई चली वट, किमें गई चली, क्योंकि नाल साढ़े कम सी है ना, एक किरियाने की दुकान सी, एक डाक्टरी दुकान सी, मेहनत करते सी, ये वट उत्थे गई चली। भी अज साडे कोले 4 किल्लियां का टक आ, कित्थे सानू 2-2 किल्ले आउंदी सी, आ मोटर तो इत्थे वट हुंदी सी अद्ध साडा है ना। चलो वो कोई होर लै गया, सानू वो गल पूरी चुभदी है भी वो 5 कनाला बंदा होर किवें लै गया, साडा आपदा बंदा नहीं लै गया, कोई होर बंदा लै गया, तां मैनू वो गल फील हुंदी है। ओ ताया बज्जा रहण दे, ओ ये तो सगो बंद कर। तब दोस्तों वीडियो चंगी लगी कमेंट जरूर करिया जे, माड़े करिया जे, चंगे करिया जे, मेरी सलाह तुहानू चंगी लगी जरूर दस्सिया जी। बाकी पैली ठेके लैनी सीरी नहीं लगन बराबर, मैं ये गल कहना, पैली ठेके लैनी तो सीरी लगन बराबर आ, ठीक है, सीरी हो तुसी मेरी निगाह च, तुसी कदे हिसाब ला के वेख्या जे, तुहानू तूड़ी दी ट्राली शायद 5 to 10, 10 to 12,000 वध तो वध 15 बच जूगा। हाँ जेकर तुसी 30-40 किले लैने हो तो हो सकता भी तुहानू ज़्यादा बच जाण, जिहड़ा 4-5 किले ठेके लैंदा ना वो तो ना होया वर्गा, ठीक है कि नहीं, सिर्फ 50,000 rupees उहदे साल बाद पल्ले पैणा, होर वो कुछ नहीं पल्ले पैना, कोई दाने इन्ना भी खाने वाधू आही कुछ रह जाना। बाकी दोस्तों अगे वधन वाली गल करो, अगे वधन वाली काम करोगे ना तो आपे आए दे पैसे बचणगे तुहानू, मैं काम करदा पैली दे पैसे मैनू बचदे आ, तां ही ऐरकी रिस्क लिया मुश्किल दा। चलो दोस्तों ओके, आई लव यू।